ਪਹਿਲਾਂ ਮੈਨੂੰ 1 ਤਰੀਕ ਤੋਂ ਮੈਸੇਜ ਆਇਆ ਕਿ ਤੁਸੀਂ ਕੌਣ ਬੋਲਦੇ ਹੋ ਮੈਂ ਕਿਹਾ ਕਿ ਮੈਂ ਕੁਲਵਿੰਦਰ ਸਿੰਘ ਬੋਲਦਾ ਕਹਿੰਦੇ ਕਿ ਤੁਸੀਂ ਸਰਪੰਚ ਬੋਲਦੇ ਹੋ ਮੈਂ ਕਿਹਾ ਹਾਂ ਤੁਹਾਡਾ ਤਲਵੰਡੀ ਰਾਮਾ ਹਸਪਤਾਲ ਹੈ ਮੈਂ ਕਿਹਾ ਹਾਂ ਮੈਂ ਤੂਫਾਨ ਬੋਲਦਾ ਮੈਂ ਕਿਹਾ ਕਿੱਥੋਂ ਅੱਗੇ ਜੇਲ੍ਹ ਦੇ ਵਿੱਚ ਦਸ ਤਰੀਕ ਨੂੰ ਰਾਤ 8 ਵਜੇ ਮੈਂ ਇੱਥੋਂ ਗਿਆ ਹਾਂ ਅਤੇ 9 ਵਜੇ ਨਾ ਮੁੰਡੇ ਦਾ ਫੋਨ ਗਿਆ ਸਵਾ 9:05 ਕਿ ਭਾਜੀ ਇੱਥੇ ਕੋਈ ਗੋਲੀ ਚਲਾ ਕੇ ਅਤੇ ਛੱਡ ਗਿਆ ਅਸੀਂ ਇੱਥੇ ਆ ਕੇ ਜਦੋਂ ਦੇਖਿਆ ਵਾ ਕਿ 3 ਫਾਇਰ ਹੋਏ ਸੀ ਇੱਥੇ 2 ਫਾਇਰ ਜਿਹੜੇ ਆ ਉਹ ਕੋਈ 100 ਫੁੱਟ ਦੀ ਦੂਰੀ 'ਤੇ ਜਾ ਕੇ ਗਏ। ਤਸਵੀਰਾਂ ਡੇਰਾ ਬਾਬਾ ਨਾਨਕ ਦੇ ਪਿੰਡ ਤਲਵੰਡੀ ਰਾਮਾ ਦੀਆਂ ਹਨ ਜਿੱਥੋਂ ਦੇ ਇੱਕ ਡਾਕਟਰ ਪਲਵਿੰਦਰ ਸਿੰਘ ਜੋ ਕਿ ਪਿੰਡ ਪੱਖੋਕੇ ਦੇ ਮੌਜੂਦਾ ਸਰਪੰਚ ਵੀ ਹਨ ਨੂੰ ਪਹਿਲਾਂ ਤਾਂ ਫੋਨ 'ਤੇ ਧਮਕੀਆਂ ਦਿੱਤੀਆਂ ਗਈਆਂ ਅਤੇ ਫਰੋਤੀ ਵੀ ਮੰਗੀ ਗਈ ਅਤੇ ਅੱਜ ਲੰਘੀ ਰਾਤ ਨੂੰ ਉਹਨਾਂ ਦੇ ਹਸਪੀਟਲ ਦੇ ਉੱਪਰ ਫਾਇਰਿੰਗ ਵੀ ਹੋਈ ਹੈ ਅਤੇ 3 ਰਾਊਂਡ ਫਾਇਰ ਕੀਤੇ ਗਏ ਹਨ। ਪੀੜਤ ਡਾਕਟਰ ਪਲਵਿੰਦਰ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਸਨੂੰ ਪਹਿਲਾਂ ਵੀ ਫਰੋਤੀ ਸੰਬੰਧੀ ਕਾਲਸ ਆਈਆਂ ਸਨ ਅਤੇ ਹੁਣ ਮਲੇਸ਼ੀਆ ਤੋਂ ਉਹਨੂੰ ਇਹ ਕਾਲ ਆਈ ਹੈ। ਉਸ ਵਿੱਚ 5 ਲੱਖ ਰੁਪਏ ਦੀ ਉਸ ਕੋਲ ਫਰੋਤੀ ਮੰਗੀ ਗਈ ਸੀ ਅਤੇ ਨਾ ਦੇਣ ਦੀ ਸੂਰਤ ਵਿੱਚ ਉਸਨੂੰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਗਈ ਸੀ ਜਿਸ ਦਾ ਟ੍ਰੇਲਰ ਉਸਨੂੰ ਲੰਘੀ ਰਾਤ ਵਿਖਾਇਆ ਗਿਆ ਹੈ। ਇਹ ਗੱਲ ਖੁਦ ਧਮਕੀ ਦੇਣ ਵਾਲਿਆਂ ਨੇ ਕਹੀ ਹੈ ਕਿ ਟ੍ਰੇਲਰ ਹੈ। ਘਟਨਾ ਦਾ ਪਤਾ ਲੱਗਦਾ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਆਰੰਭ ਦਿੱਤੀ ਗਈ ਹੈ। ਪੀੜਤ ਡਾਕਟਰ ਪਲਵਿੰਦਰ ਸਿੰਘ ਦੇ ਮੁਤਾਬਕ ਇਸ ਤੋਂ ਪਹਿਲਾਂ ਵੀ ਉਸਨੂੰ ਇੱਕ ਵਾਰ ਅਜਿਹੀ ਹੀ ਧਮਕੀ ਭਰੀ ਕਾਲ ਆਈ ਸੀ। ਜਦੋਂ ਉਸਦੀ ਛਾਣਬੀਨ ਕੀਤੀ ਗਈ ਤਾਂ ਪੁਲਿਸ ਦੀ ਜਾਂਚ ਦੇ ਦੌਰਾਨ ਉਸਦਾ ਪਿੰਡ ਦਾ ਵਿਅਕਤੀ ਹੀ ਦੋਸ਼ੀ ਨਿਕਲਿਆ ਸੀ ਜਿਸ ਨੇ ਮਾਫ਼ੀ ਮੰਗ ਲਈ ਸੀ, ਪਰ ਹੁਣ ਇਹ ਦੂਸਰੀ ਵਾਰ ਇਹ ਘਟਨਾ ਵਾਪਰੀ ਹੈ। ਫਿਲਹਾਲ ਪੁਲਿਸ ਜਾਂਚ 'ਚ ਲੱਗੀ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ 'ਚ ਫਿਰੋਤੀਆਂ ਮੰਗਣ ਅਤੇ ਧਮਕੀਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਹੁਣ ਡੇਰਾ ਬਾਬਾ ਨਾਨਕ ਦੇ ਵਿੱਚੋਂ ਵੀ ਅਜਿਹੀਆਂ ਹੀ ਤਸਵੀਰਾਂ ਅਤੇ ਖਬਰਾਂ ਸਾਹਮਣੇ ਆਈਆਂ ਹਨ। ਪਲਵਿੰਦਰ ਸਿੰਘ ਮੌਜੂਦਾ ਸਰਪੰਚ ਪਿੰਡ ਪੱਖੋਕੇ ਮੈਂ ਮਾਰਾ ਤਾ ਤਲਵੰਡੀ ਰਾਮਾ ਤੋਂ 20 ਸਾਲ ਤੋਂ ਆਪਣਾ ਹੌਸਪੀਟਲ ਚਲਾ ਰਿਹਾ। ਇੱਥੇ ਪਹਿਲਾਂ ਮੈਨੂੰ 1 ਤਰੀਕ ਤੋਂ ਮੈਸੇਜ ਆਇਆ ਕਿ ਤੁਸੀਂ ਕੌਣ ਬੋਲਦੇ ਹੋ ਮੈਂ ਕਿਹਾ ਕਿ ਮੈਂ ਬਲਵਿੰਦਰ ਸਿੰਘ ਬੋਲਦਾ ਕਹਿੰਦੇ ਕਿ ਤੁਸੀਂ ਸਰਪੰਚ ਬੋਲਦੇ ਹੋ ਮੈਂ ਕਿਹਾ ਹਾਂ ਤੁਹਾਡਾ ਤਲਵੰਡੀ ਰਾਮਾ ਹੌਸਪੀਟਲ ਹੈ ਮੈਂ ਕਿਹਾ ਹਾਂ ਮੈਂ ਤੂਫਾਨ ਬੋਲਦਾ ਮੈਂ ਕਿਹਾ ਕਿੱਥੋਂ ਅਖੇ ਜੇਲ੍ਹ ਦੇ ਵਿੱਚੋਂ ਮੈਂ ਕਿਹਾ ਦੱਸੋ ਅਖੇ ਮੈਨੂੰ 5 ਰੁਪਈਆ ਦਿਓ ਨੇ ਬੱਚੇ ਚੁੱਕੇ ਜਾਣਗੇ ਅਤੇ ਤੁਹਾਡਾ ਬਹੁਤ ਮਾੜਾ ਹਾਲ ਹੋਏਗਾ ਮੈਂ ਫੋਨ ਬੰਦ ਕਰਤਾ। 1 ਤਰੀਕ ਨੂੰ ਇਹ ਕੋਈ ਫੋਨ ਮੈਨੂੰ ਇਹਨਾਂ 12 ਵਾਰੀ ਕੀਤਾ। ਉਸ ਦਿਨ ਅਸੀਂ SSP ਸਾਹਿਬ ਨੂੰ ਮਿਲ ਗਏ ਅਤੇ SSP ਸਾਹਿਬ ਉੱਠ ਪਏ ਸੀ, ਲੇਟ ਹੋ ਗਏ ਸੀ। ਬਾਅਦ 'ਚ SHO ਸਾਹਿਬ ਡੇਰਾ ਬਾਬਾ ਨਾਨਕ ਨੂੰ ਮਿਲੇ ਹਾਂ, ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਆ। ਅਗਲੇ ਦਿਨ ਫਿਰ ਸ਼ਨੀਵਾਰ 2 ਤਰੀਕ ਨੂੰ 2 ਵਾਰੀ ਫੋਨ ਫਿਰ ਆਇਆ ਜੀ। ਫਿਰ ਇਹਨਾਂ ਨੇ ਮੈਸੇਜ ਪਾਇਆ ਕਿ ਹੁਣ ਤੈਨੂੰ ਫੋਨ ਅਸੀਂ, ਤੁਸੀਂ ਫੋਨ ਨਹੀਂ ਚੁੱਕਦੇ, ਤੁਹਾਨੂੰ ਟ੍ਰੇਲਰ ਦਿਖਾ ਕੇ ਫਿਰ ਹੀ ਤਾਂ ਅਸੀਂ ਫੋਨ ਕਰਾਂਗੇ। ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀ ਕੀਤੀ ਹੈ ਉਹਨਾਂ ਨੇ ਉਹਨੂੰ ਤੁਸੀਂ ਪੁੱਛ ਲਿਓ। ਫਿਰ ਮੈਨੂੰ 10 ਤਰੀਕ ਨੂੰ ਰਾਤ 8 ਵਜੇ ਮੈਂ ਇੱਥੋਂ ਗਿਆ ਹਾਂ ਅਤੇ 9 ਵਜੇ ਨਾ ਮੁੰਡੇ ਦਾ ਫੋਨ ਗਿਆ ਸਵਾ 9:05 'ਤੇ ਕਿ ਭਾਜੀ ਇੱਥੇ ਕੋਈ ਗੋਲੀ ਚਲਾ ਕੇ ਅਤੇ ਛੱਡ ਗਿਆ। ਅਸੀਂ ਇੱਥੇ ਆ ਕੇ ਜਦੋਂ ਦੇਖਿਆ ਵਾ ਕਿ 3 ਫਾਇਰ ਹੋਏ ਸੀ ਇੱਥੇ, 2 ਫਾਇਰ ਜਿਹੜੇ ਆ ਉਹ ਕੋਈ 100 ਫੁੱਟ ਦੀ ਦੂਰੀ 'ਤੇ ਜਾ ਕੇ ਗਏ ਉਹਨਾਂ ਨੇ। ਇਹ ਕੱਲ੍ਹ ਜਿਹੜੀ ਵਾਰਦਾਤ ਹੋਈ ਹੈ 9:05 ਉੱਤੇ ਸਾਹਿਬ ਬਲਵਿੰਦਰ ਸਿੰਘ ਪੁੱਤਰ ਸਾਰ ਅਮਰ ਸਿੰਘ ਨੇ, ਇਹ ਸਰਪੰਚ ਨੇ ਪਿੰਡ ਪੱਖੋਕੇ ਮਹਿਮਾਰਾਂ ਦੇ, ਇਹਨਾਂ ਦਾ ਹੌਸਪੀਟਲ ਆ ਤਲਵੰਡੀ ਦੇ ਉੱਤੇ। ਉੱਥੇ ਇਹਨਾਂ ਦੇ ਹੌਸਪੀਟਲ ਦੇ ਮੇਨ ਗੇਟ 'ਤੇ ਸ਼ੀਸ਼ਿਆਂ ਵਿੱਚ ਕਿਸੇ ਅਣਪਛਾਤਿਆਂ ਨੇ 3 ਰਾਊਂਡ ਫਾਇਰ ਕੀਤੇ। ਉਹਦੇ ਉੱਤੇ ਮੁਕੱਦਮਾ ਨੰਬਰ 81 ਮਿਤੀ 11/7/2022 ਜੁਰਮ 387/3/7/34 IPC 25/53/8 R&Z ਮੁਕੱਦਮਾ ਥਾਣੇ ਡੇਰਾ ਬਾਬਾ ਨਾਨਕ ਦਰਜ ਕਰਕੇ ਉਹਦੀ ਤਫਤੀਸ਼ ਕੀਤੀ ਜਾ ਰਹੀ ਹੈ। ਇਹ ਜਿਹੜੇ ਆ 2 ਅਣਪਛਾਤੇ ਵਿਅਕਤੀ ਆ ਜਿਨ੍ਹਾਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ। ਹਾਂ, ਇਸ ਸੰਬੰਧੀ ਤਫਤੀਸ਼ ਚੱਲ ਰਹੀ ਹੈ ਜੀ। ਜਲਦੀ ਹੀ ਇਹਨਾਂ ਦੋਸ਼ੀਆਂ ਨੂੰ ਟਰੇਸ ਕਰਕੇ, ਅਣਪਛਾਤੇ ਦੋਸ਼ੀ ਨੇ, ਜਲਦੀ ਹੀ ਟਰੇਸ ਕਰਕੇ ਇਹਨਾਂ ਨੂੰ ਇਹਨਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਸਲਾਖਾਂ ਪਿੱਛੇ ਬੰਦ ਕਰਾਇਆ ਜਾਵੇ। ਧੰਨਵਾਦ। ਨਿਊਜ਼ ਡੈਸਕ ਤੋਂ ਡਾਕਟਰ ਰਜਿੰਦਰ ਸਿੰਘ ਦੇ ਨਾਲ ਡੇਰਾ ਬਾਬਾ ਨਾਨਕ ਤੋਂ ਆਸ਼ਕ ਰਾਜ ਮਾਲਾ ਅਤੇ ਗੁਰਕਿਰਪਾਲ ਸਿੰਘ ਦੀ ਰਿਪੋਰਟ, ਪੰਜਾਬ ਟੁਡੇ।